ਨਮਸਕਾਰ ਸਤਿ ਸ੍ਰੀ ਅਕਾਲ ਤੇ ਆਦਾਬ ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ND TV ਸਵਾਗਤ ਹੈ ਜੀ ਸਾਰਿਆਂ ਦਾ ਡੇਲੀ ਬੁਲੇਟਿਨ ਦੀ ਸ਼ੁਰੂਆਤ ਲਈ ਸਾਡੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਸਾਡੇ ਸਹਿਯੋਗੀ ਗੁਰਕਵਰ ਸਿੰਘ ਬਰਾੜ ਬਰਾੜ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰਜਿੰਦ ਤੇ ਸਤਿ ਸ੍ਰੀ ਅਕਾਲਾ ਦਰਸ਼ਕਾਂ ਨੂੰ ਜੋ ਲਗਾਤਾਰ ਸਾਡੇ ਨਾਲ ਜੁੜਦੇ ਆ ਜੀ ਜੀ ਬਰਾਜ ਜੀ ਬੜੀ ਇੱਕ ਅਜਾਈ ਘਟਨਾ ਸਾਹਮਣੇ ਆਈ ਹੈ ਜਿਹੜੀ ਕਿ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ ਗੁਰਨਾਮ ਸਿੰਘ ਚੜੂਨ ਨੂੰ ਇੱਕ ਹਫ਼ਤੇ ਲਈ ਸੰਯੁਕਤ ਕਿਸਾਨ ਮੋਰਚੇ ਚੋਂ ਮੁਤਲ ਕਰ ਦਿੱਤਾ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਕਿਸਾਨਾਂ ਨੂੰ ਕਿਹਾ ਸੀ ਕਿ ਆਪਣੀ ਪਾਰਟੀ ਬਣਾ ਕੇ ਵਿਧਾਨ ਸਭਾ ਚੋਣਾਂ ਦੇ ਵਿੱਚ ਖੜਾਈ ਜਾਵੇ ਕੀ ਆ ਪੂਰਾ ਮਾਮਲਾ ਤੁਹਾਡੇ ਤੋਂ ਜਾਨਣਾ ਚਾਹਾਂਗੇ ਅਹ ਦੇਖੋ ਜੀ ਜਿਸ ਤਰੀਕੇ ਨਾਲ ਲਗਾਤਾਰ ਕਿਸਾਨ ਅੰਦੋਲਨ ਇੱਕ ਇੱਕ ਦਿਨ ਕਰਕੇ ਆਪਣੀਆਂ ਜੜੀਆਂ ਸੰਖਿਆਵਾਂ ਧਾਰਿਆ ਜਾਂ ਆਪਾਂ ਜੇ ਗੱਲ ਕਰੀਏ ਤਾਂ ਆਪਣੀ ਆਉਣ ਵਾਲੀ ਜਿਹੜੀ ਰਣਨੀਤੀ ਆ ਉਹਦੇ ਵਿੱਚ ਬਦਲਾਅ ਲਗਾਤਾਰ ਹੋ ਰਹੇ ਨੇ ਸੋ ਇਹਦੇ ਵਿੱਚ ਦੇਖਣ ਵਾਲੀ ਇਹ ਗੱਲ ਹੈ ਕਿ ਕਿਸਾਨ ਮੋਰਚਾ ਸਿੱਧੇ ਤੌਰ ਤੇ ਕੇਂਦਰ ਸਰਕਾਰ ਨੂੰ ਟੱਕਰ ਦਿੰਦਾ ਨਜ਼ਰ ਆ ਰਿਹਾ ਤੇ ਉਸ ਦੇ ਨਾਲ ਨਾਲ ਜੋ ਗਰਨਾਮ ਸਿੰਘ ਚੜੂਨੀ ਵੱਲੋਂ ਜੋ ਬਿਆਨ ਦਿੱਤਾ ਗਿਆ ਸੀ ਉਹਨਾਂ ਨੇ ਲਾਈਵ ਹੋ ਕੇ ਪੰਜਾਬ ਦੇ ਲੋਕਾਂ ਨੂੰ ਇੱਕ ਗੱਲ ਕਹੀ ਸੀ ਕਿ ਕਿਸਾਨ ਮੋਰਚੇ ਵੱਲੋਂ ਵੀ ਜਿਹੜਾ ਇਸ ਇਲੈਕਸ਼ਨ ਦੇ ਵਿੱਚ ਜਾਂ ਰਾਜਨੀਤੀ ਦੇ ਵਿੱਚ ਵੀ ਸਾਨੂੰ ਆਪਣੇ ਪੈਰ ਪਸਾਰਨੇ ਚਾਹੀਦੇ ਆ ਕਿਉਂਕਿ ਜਿਸ ਤਰੀਕੇ ਨਾਲ ਸਰਕਾਰਾਂ ਵੱਲੋਂ ਲੋਕ ਪੱਖੀ ਕਾਨੂੰਨ ਆ ਜਿਹੜੇ ਉਹ ਹੋਂਦ ਦੇ ਵਿੱਚ ਨਹੀਂ ਲਿਆ ਲਿਆਂਦੇ ਜਾ ਰਹੇ ਲਗਾਤਾਰ ਲੋਕਾਂ ਨੂੰ ਮਾਰਨ ਦੀਆਂ ਜਿਹੜੀਆਂ ਨੀਤੀਆਂ ਸਰਕਾਰਾਂ ਵੱਲੋਂ ਬਣਾਈਆਂ ਜਾ ਰਹੀਆਂ ਨੇ ਸਰਕਾਰ ਚਾਹੇ ਕੋਈ ਵੀ ਹੋਵੇ ਸਰਕਾਰ ਭਾਵੇਂ ਕੇਂਦਰ ਦੀ ਸਰਕਾਰ ਹੋਵੇ ਭਾਵੇਂ ਰਾਜਾਂ ਦੀ ਸਰਕਾਰ ਹੋਵੇ ਤੇ ਉਹਨਾਂ ਦਾ ਕਹਿਣ ਦਾ ਜੋ ਮਕਸਦ ਸੀ ਉਹਦੇ ਵਿੱਚ ਉਹਨਾਂ ਵੱਲੋਂ ਇਹੀ ਕਹਿਣ ਦਾ ਉਹਨਾਂ ਦਾ ਜਿਹੜਾ ਆਧਾਰ ਸੀਗਾ ਕਿ ਇਸ ਇਲੈਕਸ਼ਨ ਦੇ ਵਿੱਚ ਅਗਰ ਅਸੀਂ ਇਹ ਇਲੈਕਸ਼ਨ ਲੜਦੇ ਆਂ ਅਗਰ ਲੋਕ ਸਾਨੂੰ ਫਤਵਾ ਦਿੰਦੇ ਆ ਤਾਂ ਇਸ ਇਲੈਕਸ਼ਨ ਦੇ ਵਿੱਚ ਅਸੀਂ ਜਿੱਤ ਪ੍ਰਾਪਤ ਕਰਕੇ ਆਪਣੇ ਆਪ ਨੂੰ ਸਿਆਸੀ ਤੌਰ ਤੇ ਮਜ਼ਬੂਤ ਕਰੀਏ ਤਾਂ ਕਿ ਅਸੀਂ ਇੱਕ ਐਸਸੀ ਐਸਸੀ ਧਿਰ ਵਜੋਂ ਉੱਪਰ ਕੇ ਸਾਹਮਣੇ ਆ ਸਕੀਏ ਜਿਹੜੀ ਧਿਰ ਕੀ ਫੈਸਲੇ ਕਰਦੀ ਹੈ ਜਿਹੜੀ ਧਿਰ ਕਾਨੂੰਨ ਬਣਾਉਂਦੀ ਹੈ ਸਾਨੂੰ ਉਹਨਾਂ ਕਾਨੂੰਨਾਂ ਨੂੰ ਨੂੰ ਤੋੜਨ ਵਾਸਤੇ ਜਾਂ ਉਹਨਾਂ ਨੂੰ ਕਾਨੂੰਨਾਂ ਨੂੰ ਹਟਾਉਣ ਵਾਸਤੇ ਸੜਕਾਂ ਦੇ ਉੱਪਰ ਨਾ ਰੋਲਣਾ ਪਵੇ ਅਸੀਂ ਉਸ ਪਾਵਰ ਦੇ ਵਿੱਚ ਆ ਜਾਈਏ ਅਸੀਂ ਉਸ ਤਾਕਤ ਦੇ ਵਿੱਚ ਆ ਜਾਈਏ ਕਿ ਅਸੀਂ ਆਪਣੇ ਪੱਖ ਦੇ ਕਾਨੂੰਨ ਅਸੀਂ ਖੁਦ ਬਣਾ ਸਕੀਏ ਸੋ ਮੈਨੂੰ ਲੱਗਦਾ ਹੈ ਕਿ ਜੋ ਮੈਂ ਨਿੱਜੀ ਤੌਰ ਤੇ ਮੈਂ ਸਮਝਦਾ ਕਿ ਇਹ ਕੋਈ ਵੀ ਗਲਤ ਜਿਹੜੀ ਵਿਚਾਰ ਜਾਂ ਜਾਂ ਕੋਈ ਗਲਤ ਫੈਸਲਾ ਮੈਨੂੰ ਲੱਗਦਾ ਨਹੀਂ ਸੀਗਾ ਪਰ ਇਹ ਗੱਲ ਹੁਣ ਸਮਝ ਤੋਂ ਬਾਹਰ ਹੈ ਕਿ ਜੋ ਸੰਯੁਕਤ ਮੋਰਚੇ ਦੇ ਜੋ ਆਗੂ ਆ ਉਹ ਆਪਣੀ ਸਮਝ ਇਸ ਫੈਸਲੇ ਦੇ ਉੱਪਰ ਜਾਂ ਇਸ ਵਿਚਾਰ ਦੇ ਉੱਪਰ ਕਿਸ ਤਰੀਕੇ ਨਾਲ ਰੱਖਦੇ ਆ ਕਿਉਂਕਿ ਉਹਨਾਂ ਵੱਲੋਂ ਕਿਹਾ ਗਿਆ ਕਿ ਜੋ ਵੀ ਗੁਰਨਾਮ ਸਿੰਘ ਚੜੂਨੀ ਵੱਲੋਂ ਜੋ ਫੈਸਲਾ ਲਿਆ ਗਿਆ ਉਸ ਫੈਸਲੇ ਨਾਲ ਸੰਯੁਕਤ ਮੋਰਚਾ ਜਿਹੜਾ ਪੂਰੀ ਤਰ੍ਹਾਂ ਨਾਲ ਸਹਿਮਤ ਨਹੀਂ ਆ ਜੋ ਜਥੇਬੰਦੀਆਂ ਦੇ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਹੈ ਉੱਥੇ ਉਹਨਾਂ ਦੇ ਜੋ ਆਗੂ ਆ ਉਹ ਇਸ ਪੂਰੇ ਵਿਚਾਰ ਨਾਲ ਜਿਹੜੀ ਸਹਿਮਤੀ ਨਹੀਂ ਪ੍ਰਗਟਾਉਂਦੇ ਆ ਤੇ ਬਿਨਾਂ ਮੋਰਚੇ ਦੀ ਸਹਿਮਤੀ ਲੈ ਗੁਰਨਾਮ ਸਿੰਘ ਚੜੂਨੀ ਵੱਲੋਂ ਜੋ ਇਹ ਬਿਆਨ ਦਿੱਤਾ ਗਿਆ ਜੋ ਇਹ ਅਪੀਲ ਕੀਤੀ ਗਈ ਆ ਉਸ ਦੀ ਵਜ੍ਹਾ ਕਾਰਨ ਗੁਰਨਾਮ ਸਿੰਘ ਚੜੂਨੀ ਨੂੰ ਇੱਕ ਵਾਰ ਸਸਪੈਂਡ ਕੀਤਾ ਗਿਆ ਕੱਲੇ ਗੁਰਨਾਮ ਸਿੰਘ ਚੜੂਨੀ ਹੀ ਨਹੀਂ ਸਸਪੈਂਡ ਕੀਤੇ ਜਾ ਚੁੱਕੇ ਲਗਾਤਾਰ ਪਿਛਲੇ ਸਮੇਂ ਦੇ ਵਿੱਚ ਆਪਾਂ ਜੇ ਝਾਤ ਮਾਰੀਏ ਤਾਂ ਬਹੁਤ ਸਾਰੇ ਜੋ ਆਗੂ ਨੇ ਜੋ ਵੱਡੇ ਨਾਮ ਨੇ ਉਹ ਇਸ ਸੰਯੁਕਤ ਮੋਰਚੇ ਦੇ ਵਿੱਚੋਂ ਇਸੇ ਤਰ੍ਹਾਂ ਹੀ ਸਸਪੈਂਡ ਕੀਤੇ ਗਏ ਆ ਜਦੋਂ ਉਹਨਾਂ ਵੱਲੋਂ ਕੋਈ ਸਾਂਝਾ ਬਿਆਨ ਦੇਣ ਦੀ ਬਜਾਏ ਆਪਣੇ ਵੱਲੋਂ ਇਸ ਤਰ੍ਹਾਂ ਦੀ ਕੋਈ ਬਿਆਨबाजी ਕੀਤੀ ਗਈ ਜੀ 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 ਬਰਾਜ ਜੀ ਬਿਲਕੁਲ ਤੁਸੀਂ ਸਹੀ ਫਰਮਾਇਆ ਕਿਉਂਕਿ ਗੁਰਨਾਮ ਸਿੰਘ ਚਰੂਨੀ ਮੇ ਵੀ ਸਾਰਿਆਂ ਦੀਆਂ ਜਿੰਨੇ ਵੀ ਅਸੀਂ ਯੰਗ ਜਨਰੇਸ਼ਨ ਹੈਗੀ ਆ ਜਾਂ ਜਿੰਨੇ ਵੀ ਕਿਸਾਨੀ ਮੋਰਚੇ ਦੇ ਨਾਲ ਦਰਦੀ ਨੇ ਜਾਂ ਉਹ ਦਰਦ ਰੱਖਦੇ ਨੇ ਬਾਕੀ ਸਭ ਦੀ ਸ਼ਾਇਦ ਪਹਿਲ ਹੋਵੇਗੀ ਕਿ ਕਿਸਾਨ ਆਪਣੀ ਪਾਰਟੀ ਬਣਾਉਣ ਕਿਉਂਕਿ ਕਾਂਗਰਸ ਆਮ ਆਦਮੀ ਪਾਰਟੀ ਜਾਂ ਫਿਰ ਅਕਾਲੀ ਦਲ ਸਾਰੀਆਂ ਪਾਰਟੀਆਂ ਨੇ ਉਹਨਾਂ ਨੇ ਦੇਖ ਹੀ ਲਿਆ ਕਿ ਕਿੰਨਾ ਕੁ ਸਟੈਂਡ ਕਰਦੀਆਂ ਕਿਸਾਨਾਂ ਦੇ ਨਾਲ ਕਿੰਨੀ ਉਹਨਾਂ ਦੇ ਨਾਲ ਇੱਥੇ ਇੱਥੇ ਮੈਂ ਇੱਕ ਗੱਲ ਤੁਹਾਨੂੰ ਰੋਕਣਾ ਚਾਹੁੰਦਾ ਹਾਂ ਕਿ ਜਦੋਂ ਅਸੀਂ ਲੋਕਾਂ ਦੇ ਵਿੱਚ ਵਿਚਰਦੇ ਹਾਂ ਜਦੋਂ ਅਸੀਂ ਲੋਕਾਂ ਦੇ ਵਿੱਚ ਜਾਂਦੇ ਹਾਂ ਕਿਉਂਕਿ ਸਾਡਾ ਪ੍ਰੋਫੈਸ਼ਨ ਇਸ ਤਰ੍ਹਾਂ ਦਾ ਹੈ ਕਿ ਸਾਡਾ ਹਰ ਇੱਕ ਬੰਦੇ ਨਾਲ ਵਾਹ ਪੈਂਦਾ ਚਾਹੇ ਉਹ ਪੋਲੀਟੀਸ਼ੀਅਨ ਹੈ ਚਾਹੇ ਉਹ ਕੋਈ ਸਮਾਜ ਸੇਵੀ ਹੈ ਚਾਹੇ ਆਮ ਲੋਕ ਨੇ ਤਾਂ ਜਿੱਥੇ ਆਮ ਲੋਕਾਂ ਦੀ ਆਵਾਜ਼ ਸੁਣਦੇ ਆ ਤਾਂ ਉਹ ਪੰਜਾਬ ਦੇ ਜੇ ਆਪਾਂ ਵਿਧਾਨ ਸਭਾ ਇਲੈਕਸ਼ਨ ਦੀ ਗੱਲ ਕਰੀਏ ਤਾਂ ਲੋਕ ਇਹ ਚਾਹੁੰਦੇ ਆ ਕਿ ਕਿਸਾਨ ਜੀ ਆਗੂ ਨੇ ਜੋ ਉਹ ਇਸ ਤਰ੍ਹਾਂ ਦਾ ਐਲਾਨ ਕਰਨ ਕਿ ਇਸ ਤਰ੍ਹਾਂ ਦੀ ਕੋਈ ਧਿਰ ਖੜੀ ਕਰਨ ਜਿਹੜੀ ਕਿ ਰਾਜਨੀਤਿਕ ਤੌਰ ਤੇ ਸਿੱਧੇ ਤੌਰ ਤੇ ਪੰਜਾਬ ਦੇ ਵਿੱਚ ਪਾਰਟੀ ਬਣਾ ਕੇ ਖੜੇ ਹੋ ਸਕਣ ਤਾਂ ਪੰਜਾਬ ਦੇ ਲੋਕ ਮੈਨੂੰ ਲੱਗਦਾ ਕਿ ਫਤਵਾ ਵੀ ਉਹਨਾਂ ਇਹਨਾਂ ਪਾਰਟੀ ਨੂੰ ਦੇ ਦੇਣਗੇ ਪਰ ਇੱਥੇ ਗੱਲ ਸਮਝਣ ਵਾਲੀ ਇਹ ਹੈ ਜਾਂ ਵਿਚਾਰਨ ਵਾਲੀ ਗੱਲ ਇਹ ਹੈ ਕਿ ਸੰਯੁਕਤ ਮੋਰਚਾ ਇਸ ਬਾਰੇ ਕੀ ਸੋਚਦਾ ਹੈ ਇੱਥੇ ਗੱਲ ਮੈਂ ਇੱਕ ਹੋਰ ਵੀ ਥੋੜਾ ਕਹਿਣਾ ਚਾਹੂੰਗਾ ਕਿ ਸੰਯੁਕਤ ਮੋਰਚੇ ਦੇ ਜੋ ਜੋ ਵੱਖ-ਵੱਖ ਉਹਦੇ ਵਿੱਚ ਧਿਰਾਂ ਨੇ ਉਹ ਧਿਰਾਂ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਨਾ ਕਿਸੇ ਸਿਸਟਮ ਨਾਲ ਸਿਆਸੀ ਪਾਰਟੀਆਂ ਨਾਲ ਕੋਈ ਨਾ ਕੋਈ ਸੰਬੰਧ ਉਹਨਾਂ ਦਾ ਪਿੱਛੇ ਜ਼ਰੂਰ ਹੈ ਕਿਉਂਕਿ ਜੇ ਆਪਾਂ ਆਪਾਂ ਲੱਖੋਵਾਲ ਦੀ ਗੱਲ ਕਰੀਏ ਤਾਂ ਲੱਖੋਵਾਲ ਆਪਾਂ ਸਾਰਿਆਂ ਨੇ ਪਿਛਲੇ ਸਮੇਂ ਦੇ ਵਿੱਚ ਦੇਖਿਆ ਕਿ ਬਾਦਲ ਸਰਕਾਰ ਵੇਲੇ ਜੋ ਲੱਖੋਵਾਲ ਸਾਹਿਬ ਨੇ ਉਹ ਜਿਹੜੇ ਮੰਡੀ ਬੋਰਡ ਦੇ ਚੇਅਰਮੈਨ ਰਹੇ ਨੇ ਉਹਨਾਂ ਵੱਲੋਂ ਆਪਣੀਆਂ ਸੇਵਾਵਾਂ ਜਿਹੜੀਆਂ ਪੰਜਾਬ ਨੂੰ ਦਿੱਤੀਆਂ ਗਈਆਂ ਨੇ ਤੇ ਲਖੋਵਾਲ ਧੜੇ ਦੀ ਜੇ ਗੱਲ ਕਰੀਏ ਤਾਂ ਸਿੱਧੇ ਤੌਰ ਤੇ ਖਾਲੀਦਾਂ ਨਾਲ ਜੁੜਿਆ ਹੋਇਆ ਹੈ ਇਸੇ ਤਰ੍ਹਾਂ ਹੀ ਹੋ ਸਕਦਾ ਹੈ ਕਿ ਜੋ ਦੂਜੇ ਧੜੇ ਵੀ ਨੇ ਉਹ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹਨਾਂ ਸਿਆਸੀ ਪਾਰਟੀਆਂ ਨਾਲ ਜੁੜੇ ਹੋ ਸਕਦੇ ਆ ਪਰ ਸਿੱਧੇ ਤੌਰ ਤੇ ਆਪਣੇ ਤੌਰ ਤੇ ਇੱਕ ਸਿਆਸੀ ਪਾਰਟੀ ਬਣਾਉਣਾ ਜਾਂ ਸਿਆਸਤ ਦੇ ਵਿੱਚ ਕੋਈ ਇਹੋ ਜਿਹੀ ਧਿਰ ਖੜੀ ਕਰਨਾ ਜੇ ਸਿੱਧੇ ਤੌਰ ਤੇ ਆਪ ਨਹੀਂ ਆਉਣਾ ਚਾਹੁੰਦੇ ਤਾਂ ਇੱਕ ਕੋਈ ਸਿਆਸੀ ਵਿੰਗ ਇਹੋ ਜਿਹਾ ਬਣਾ ਦੇਣ ਜਿਹਦੇ ਵਿੱਚ ਜਿਹਦਾ ਸਿੱਧਾ ਕੰਟਰੋਲ ਹੈ ਉਹ ਸੰਯੁਕਤ ਮੋਰਚੇ ਦੇ ਕੋਲ ਹੋਵੇ ਸੰਯੁਕਤ ਮੋਰਚਾ ਹੀ ਉਹਨਾਂ ਨੂੰ ਜਿਹੜਾ ਸਿਆਸੀ ਤੌਰ ਤੇ ਅਖਾੜੇ ਸਿਆਸੀ ਅਖਾੜੇ ਦੇ ਵਿੱਚ ਭੇਜੇ ਸੋ ਇਸ ਤਰ੍ਹਾਂ ਤਾਂ ਫੈਸਲਾ ਲਿਆ ਜਾ ਸਕਦਾ ਸੀ ਪਰ ਇਹ ਸਮਝ ਤੋਂ ਬਾਹਰ ਹੈ ਕਿ ਇਦਾਂ ਦੀ ਇਦਾਂ ਦੀ ਕਾਰਵਾਈ ਨੂੰ ਅੱਗੇ ਕਿਉਂ ਨਹੀਂ ਵਿਧਾਇਆ ਜਾ ਰਿਹਾ ਤਾਂ ਪੰਜਾਬ ਦੇ ਲੋਕ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਮੰਗ ਨੂੰ ਹੋਰ ਜਿਹੜਾ ਜ਼ੋਰ ਨਾਲ ਚੁੱਕਣ ਤੇ ਇਸ ਸਿਆਸੀ ਵਿੰਗ ਨੂੰ ਬਣਾਉਣ ਦੀ ਸੰਯੁਕਤ ਮੋਰਚੇ ਦੇ ਉੱਪਰ ਪ੍ਰੈਸ਼ਰ ਵੀ ਵੀ ਬਣਾਉਣ ਕਿਉਂਕਿ ਹਜੇ 22 ਦਾ ਇਲੈਕਸ਼ਨ ਥੋੜਾ ਦੂਰ ਆ ਤੇ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੀ ਜਿਹੜੀ ਆ ਗੱਲਬਾਤ ਆ ਸ਼ੁਰੂ ਹੋ ਜੇ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਇਸ ਵਿਸ਼ੇ ਦੇ ਉੱਪਰ ਚਰਚਾ ਚਰਚਾ ਹੋ ਰਹੀ ਆ ਲਗਾਤਾਰ ਪੰਜਾਬ ਦੇ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਅਗਰ ਕਿਸਾਨ ਮੋਰਚਾ ਸਿਆਸਤ ਦੇ ਵਿੱਚ ਆਉਂਦਾ ਜਾਂ ਉਹਨਾਂ ਦਾ ਕੋਈ ਵਿੰਗ ਸਿਆਸਤ ਦੇ ਵਿੱਚ ਆਉਂਦਾ ਤਾਂ ਲੋਕ ਉਹਦਾ ਜਿਹੜਾ ਉਹਦਾ ਉਹਨੂੰ ਬਹੁਮਤ ਨਾਲ ਜਿਤਾਉਣਗੇ ਜੀ ਜੀ ਤੁਹਾਡੇ ਗੱਲ ਦੇ ਨਾਲ ਹੀ ਗੱਲ ਜੁੜੀ ਹੋਈ ਹੈ ਜੀ ਕਿਉਂਕਿ ਤਿੰਨ ਪਾਰਟੀਆਂ ਪੰਜਾਬ ਦੇ ਵਿੱਚ ਚਿਹਰੇ ਜਿਹੜੇ ਖਾਸ ਨੇ ਅਕਾਲੀ ਦਲ ਕਾਂਗਰਸ ਤੇ ਆਮ ਆਦਮੀ ਪਾਰਟੀ ਨਾ ਤਿੰਨਾਂ ਪਾਰਟੀਆਂ ਦਾ ਪੰਜਾਬ ਦੇ ਵਿੱਚ ਹੋਲਡ ਹੈ ਸਮੇਂ ਕਿਉਂਕਿ ਲੋਕਾਂ ਕੋਲ ਹੋਰ ਚੁਆਇਸ ਵੀ ਨਹੀਂ ਹੈ ਖਾਸ ਕਰਕੇ ਜੇ ਸੰਯੁਕਤ ਕਿਸਾਨ ਮੋਰਚਾ ਜਹੇ ਕਿਸੇ ਨਤੀਜੇ ਤੇ ਪਹੁੰਚਦਾ ਕਿ ਉਹ ਪਾਰਟੀ ਬਣਾਉਂਦਾ ਤੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਪਾਰਟਿਸਪੇਸ਼ਨ ਹੁੰਦੀ ਹੈ ਉਹਨਾਂ ਦੀ ਕੋਈ ਪਾਰਟੀ ਲੈ ਕੇ ਆਉਂਦੇ ਆ ਤਾਂ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਪਾਰਟੀਆਂ ਦਾ ਕੋਈ ਉਹਨਾਂ ਦੇ ਸਾਹਮਣੇ ਵजूद ਰਹੂਗਾ ਕਿਉਂਕਿ ਲੋਕ ਸਮਝ ਚੁੱਕੇ ਨੇ ਦੇਖ ਚੁੱਕੇ ਨੇ ਕਿ ਜਦੋਂ ਕਿਸੇ ਜਨ ਦੀ ਗੱਲ ਦੀ ਅੰਦੋਲਨ ਹੁੰਦੀ ਹੈ ਜਦੋਂ ਹੱਕਾਂ ਨੂੰ ਲੈਣ ਦੀ ਲੋੜ ਹੁੰਦੀ ਹੈ ਤਾਂ ਉਦੋਂ ਇਹ ਸਾਰੀਆਂ ਪਾਰਟੀਆਂ ਪਿੱਛੇ ਚਲੇ ਜਾਂਦੀਆਂ ਨੇ ਕਿਉਂਕਿ ਇਹਨਾਂ ਦਾ ਆਪਸੀ ਰੇੜਕਾ ਜੋ ਆਪਸੀ ਗੱਲਬਾਤ ਹੈ ਜਾਂ ਸਿਆਸੀ ਜਿਹੜਾ ਮੰਜ਼ਰ ਹੈ ਇਹ ਆਪਸ ਵਿੱਚ ਇਹਨੇ ਉਲਝ ਜਾਂਦੇ ਨੇ ਕਿ ਇਹਨਾਂ ਆਮ ਲੋਕਾਂ ਵੱਲ ਇਹਨਾਂ ਦਾ ਧਿਆਨ ਹੀ ਨਹੀਂ ਹੁੰਦਾ ਸੋ ਲੋੜ ਹੈ ਜੀ ਸਮਝਣ ਦੀ ਤੁਹਾਡੀਆਂ ਗੱਲਾਂ ਤੋਂ ਵੀ ਇਹ ਹੀ ਸਪੱਸ਼ਟ ਹੁੰਦਾ ਹੈ ਕਿ ਇਹ ਗੁਰਨਾਮ ਚੜੂਣਾ ਸਿੰਘ ਚੜੂਨੀ ਨੇ ਜਿਹੜਾ ਫੈਸਲਾ ਲਿਆ ਹੈ ਇਹ ਵਾਕਈ ਇਹਨਾਂ ਦੇ ਫੈਸਲੇ ਦੇ ਨਾਲ ਜੁੜੀਆਂ ਹੋਈਆਂ ਸੰਯੁਕਤ ਕਿਸਾਨ ਮੋਰਚੇ ਨੂੰ ਵੀ ਇਹਨਾਂ ਵੱਲ ਖਾਸ ਧਿਆਨ ਦੇਣਾ ਚਾਹੀਦਾ ਤਾਂ ਕਿ ਅਜਹੀ ਪਾਰਟੀ ਅਜਹੀ ਰੂਪਰੇਖਾ ਤਿਆਰ ਕੀਤੀ ਜਾਵੇ ਨਵਾਂ ਚਿਹਰਾ ਇੱਕ ਪਾਰਟੀ ਦਾ ਸਾਹਮਣੇ ਆਵੇ ਤਾਂ ਕਿ ਲੋਕ ਜਿਨ੍ਹਾਂ ਨੂੰ ਵੋਟ ਪਾ ਸਕਣ ਤੇ ਅੱਗੇ ਜਿਹੜਾ ਹੈਗਾ ਪੰਜਾਬ ਦਾ ਕੋਈ ਵਿਕਾਸ ਹੋ ਸਕੇ ਜੀ ਬਿਲਕੁਲ ਬਰਾੜ ਜੀ ਐਸੀ ਗੱਲ ਦੇ ਨਾਲ ਜੁੜੀ ਹੋਈ ਕਿਸਾਨਾਂ ਦੀ ਹੀ ਆਪਾਂ ਗੱਲ ਕਰਦੇ ਹਾਂ ਕਿਉਂਕਿ ਆ ਪਿੱਛੇ ਜੇ ਰਾਕੇਸ਼ ਟਕੈਤ ਜੀ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਅਸੀਂ ਸੰਸਦ ਦਾ ਕਿ ਰੋ ਕਰਨਾ ਹੈ ਸੰਸਦ ਦੇ ਵਿੱਚ ਜਿੰਨੇ ਵੀ ਸਾਡੇ ਨੇਤਾਵਾ ਜਾ ਰਹੇ ਨੇ ਕਿਉਂਕਿ VOTING WEEP ਜਾਰੀ ਹੋ ਚੁੱਕੇ ਆ ਇਹਨਾਂ ਨੇ ਪੋਸਟਰ ਵੀ ਕਿਤੇ ਨੇ ਲਗਾਤਾਰ ਕਿਸਾਨੀ ਸੰਘਰਸ਼ ਦੇ ਵਿੱਚ ਇਹਨਾਂ ਨੇ ਵਿਗਲ ਬਜਾਇਆ ਹੋਇਆ ਤੇ ਹੁਣ ਜਿਹੜਾ ਮੋਰਚੇ ਦਾ ਖਾਸ ਕਰਕੇ ਬਾਡੀ ਫਸਲ ਕਰਕੇ ਲੋਕ ਵਾਪਸ ਚਲੇ ਗਏ ਸੀ ਆਪਣੇ ਆਪਣੇ ਸਥਾਨਾਂ ਨੂੰ ਸੋ ਕਿਤੇ ਨਾ ਕਿਤੇ ਉਹ ਜਿਹੜੇ ਲੋਕ ਹੈਗੇ ਨੇ ਦੁਬਾਰਾ ਸੰਘਰਸ਼ ਦਾ ਹਿੱਸਾ ਬਣਨਾ ਸ਼ੁਰੂ ਹੋયા ਕਿਉਂਕਿ ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਹੋ ਕਿਹੋ ਜਿਹਾ ਮਾਹੌਲ ਹੈ ਹੁਣ ਦਿੱਲੀ ਤੇ ਪੰਜਾਬ ਦਾ ਅ ਦੇਖੋ ਹਰਜਿੰਦਰ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜੋ ਕਿਸਾਨਾਂ ਵੱਲੋਂ ਜੋ ਆਪਣੀ ਝੋਨੇ ਦੀ ਫਸਲ ਆ ਜਾਂ ਨਰਮੇ ਦੀ ਫਸਲ ਆ ਉਹਦੀ ਬਜਾਈ ਕਰਨ ਉਪਰੰਤ ਹੁਣ ਜਿਹੜਾ ਇੱਕ ਕਿਸਾਨਾਂ ਨੂੰ ਵੀ ਥੋੜਾ ਜਿਹਾ ਸਾਹ ਆਇਆ ਬਾਕੀ ਸਭ ਤੋਂ ਵੱਡੀ ਗੱਲ ਹੈ ਜਿਹੜੀ ਜੋ ਮੌਸਮ ਦੇ ਵਿੱਚ ਜੋ ਵੱਡੀ ਤਬਦੀਲੀ ਆਈ ਆ ਮਾਨਸੂਨ ਦਾ ਪੰਜਾਬ ਦੇ ਵਿੱਚ ਦਸਤਕ ਦੇਣ ਨਾਲ ਕਿਤੇ ਨਾ ਕਿਤੇ ਕਿਸਾਨਾਂ ਦੇ ਨਾਲ ਨਾਲ ਆਮ ਲੋਕਾਂ ਦੇ ਚਿਹਰਿਆਂ ਦੇ ਉੱਪਰ ਵੀ ਰੌਣਕ ਹੈ ਜਿਹੜੀ ਉਹ ਮੁੜ ਪਰਤਾਈ ਆ ਕਿਉਂਕਿ ਅਜੇ ਝੋਨੇ ਦੀ ਫਸਲ ਦੀ ਗੱਲ ਕਰੀਏ ਤਾਂ ਇਹਨੂੰ ਪਾਣੀ ਦੀ ਲੋੜ ਸੀ ਬਿਜਲੀ ਦੀ ਕਿੱਲਤ ਪੰਜਾਬ ਦੇ ਵਿੱਚ ਬਹੁਤ ਸੀ ਸੋ ਉਸ ਕਾਰਨ ਮੀਂਹ ਆਉਣ ਕਾਰਨ ਜਿਹੜਾ ਕਿਸਾਨ ਆ ਥੋੜਾ ਜਿਹਾ ਰਾਹਤ ਮਹਿਸੂਸ ਕਰ ਰਿਹਾ ਤੇ ਇਸ ਰਾਹਤ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਦਿੱਲੀ ਦੇ ਮੋਰਚੇ ਦੇ ਵਿੱਚ ਜਾਂ ਸੰਘਰਸ਼ ਦੇ ਵਿੱਚ ਮੈਨੂੰ ਲੱਗਦਾ ਕਿ ਜਿਹੜੀ ਕਿਸਾਨਾਂ ਦੀ ਸ਼ਮੂਲੀਅਤ ਹੈ ਉਹ ਬਹੁਤ ਵੱਡੇ ਪੱਧਰ ਤੇ ਜਿਹੜੀ ਵਧਣ ਜਾ ਰਹੀ ਹੈ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚੋਂ ਕਿਸਾਨ ਆ ਜਿਹੜੇ ਉੱਠ ਕੇ ਉਹ ਦਿੱਲੀ ਦੇ ਸੰਘਰਸ਼ ਦੇ ਵਿੱਚ ਸ਼ਾਮਲ ਹੋਣ ਲਈ ਰਵਾਨਗੀ ਪਾ ਰਹੇ ਨੇ ਲਗਾਤਾਰ ਟ੍ਰੇਨਾਂ ਰਾਹੀਂ ਬੱਸਾਂ ਰਾਹੀਂ ਆਪਣੇ ਨਿੱਜੀ ਵਹੀਕਲਾਂ ਰਾਹੀਂ ਤੇ ਲਗਾਤਾਰ ਜਿਹੜੇ ਕਿਸਾਨ ਹੈ ਦਿੱਲੀ ਵੱਲ ਆਪਣਾ ਰੁਖ ਕਰ ਰਹੇ ਨੇ ਕਿਉਂਕਿ ਦੇਖੋ ਜੇ ਆਪਾਂ ਗੱਲ ਕਰੀਏ ਜਿੱਥੇ ਸੰਘਰਸ਼ ਜ਼ਰੂਰੀ ਹੈ ਜਿੱਥੇ ਇਹ ਲੜਾਈ ਜ਼ਰੂਰੀ ਹੈ ਜਿਹੜੀ ਲੜਾਈ ਸਾਡੀ ਹੋਣਦੀ ਆ ਜਿਹੜੀ ਲੜਾਈ ਸਾਡੀ ਸਾਡੀ ਆਪਣੀ ਪੰਜਾਬ ਦੀ ਲੜਾਈ ਆ ਜਾਂ ਜਾਂ ਜ਼ਮੀਨੀ ਲੜਾਈ ਆ ਇਸ ਲੜਾਈ ਦੇ ਨਾਲ ਨਾਲ ਸਾਡੇ ਕਿਸਾਨ ਜੰਗੀ ਤਰ੍ਹਾਂ ਸਮਝਦੇ ਆ ਕਿ ਉਹਨਾਂ ਨੇ ਪਰਿਵਾਰ ਦਾ ਜਿਹੜਾ ਪਾਲਣ ਪੋਸ਼ਣ ਹੈ ਉਹ ਵੀ ਕਰਨਾ ਹੈ ਤੇ ਫਸਲਾਂ ਦੀ ਜਿਹੜੀ ਪੈਦਾਵਾਰ ਹੈ ਉਹ ਵੀ ਕਰਨੀ ਆ ਸੋ ਇਸ ਤੋਂ ਇਸ ਤੋਂ ਬਾਅਦ ਜਿਸ ਤਰੀਕੇ ਨਾਲ ਤੁਸੀਂ ਸਵਾਲ ਪੁੱਛਿਆ ਸੀ ਕਿ ਜਿਹੜਾ ਮਾਹੌਲ ਕਿਸ ਤਰ੍ਹਾਂ ਦਾ ਮਾਹੌਲ ਬਿਲਕੁਲ ਪੂਰਾ ਵਧੀਆ ਜੀ ਤੇ ਕਿਸਾਨ ਲਗਾਤਾਰ ਆਪਣੇ ਚਾਲੇ ਜਿਹੜੇ ਦਿੱਲੀ ਵੱਲ ਪਾ ਰਹੇ ਆ ਜੀ ਹਾਂ ਜੀ ਬਰਾਜ ਜੀ ਗੱਲ ਕਰਦੇ ਆ ਪੰਜਾਬ ਸਰਕਾਰ ਦੀ ਖੇਤ ਮਜ਼ਦੂਰਾਂ ਤੇ ਬੇਜਮੀਨੇ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਲਈ 590 ਕਰੋੜ ਰੁਪਏ ਦੇ ਕਰਜ਼ੇ ਮਾਫ ਕਰਨ ਲਈ ਸੂਬਾ ਪੱਧਰੀ ਸਮਾਗਮ 20 ਅਗਸਤ ਨੂੰ ਹੋਣਗੇ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਨੇ ਕਰਜ਼ਾ ਮਾਫੀ ਦੇ ਲਈ ਕਰਜ਼ਾ ਚੁੱਕਿਆ ਆ ਦੇਖੋ ਹਰਜਿੰਦਰ ਇਹ ਹੁਣ ਇਸ ਟਾਈਮ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਸਿਆਸੀ ਅਖਾੜਾ ਭਖਿਆ ਹੋਇਆ ਹੈ ਸਾਰੀਆਂ ਹੀ ਸਿਆਸੀ ਪਾਰਟੀਆਂ ਆਪਣੇ ਆਪਣੇ ਦਾਅ ਖੇਡ ਰਹੀਆਂ ਨੇ ਇਸ ਤੋਂ ਪਹਿਲਾਂ ਵੀ ਦਾਅ ਖੇਡੇ ਗਏ ਆ 2017 ਦੀ ਗੱਲ ਕਰ ਲਈਏ ਉਦੋਂ ਵੀ ਵੱਡੇ ਵੱਡੇ ਪੱਤੇ ਆ ਜਿਹੜੇ ਇਸੇ ਸਰਕਾਰ ਵੱਲੋਂ ਖੇਡੇ ਗਏ ਆ ਇਸੇ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਵੀ ਕੀਤੇ ਗਏ ਸੀ ਉਹਨਾਂ ਦਾਅਵਿਆਂ ਦੇ ਵਿੱਚੋਂ ਨਿਭੜਿਆ ਕੀ ਆ ਉਹਨਾਂ ਦਾਅਵਿਆਂ ਦੇ ਵਿੱਚੋਂ ਪ੍ਰਾਪਤ ਕੀ ਹੋਇਆ ਪੰਜਾਬ ਦੇ ਲੋਕਾਂ ਨੂੰ ਇਹ ਪੰਜਾਬ ਦੇ ਲੋਕ ਵੀ ਭਲੀ ਭਾਂਤ ਜਾਣਦੇ ਆ ਤੁਸੀਂ ਵੀ ਭਲੀ ਭਾਂਤ ਜਾਣਦੇ ਹੋ ਤੇ ਸਰਕਾਰ ਵੀ ਭਲੀ ਭਾਂਤ ਇਸ ਚੀਜ਼ ਤੋਂ ਵਾਕਿਫ ਹੈ ਵੀ ਅਸੀਂ ਲੋਕਾਂ ਨੂੰ ਦਿੱਤਾ ਕੀ ਆ ਸੋ ਇਹ ਸਿਰਫ ਮੈਂ ਜਿੱਥੋਂ ਤੱਕ ਮੈਨੂੰ ਲੱਗਦਾ ਕੀ ਇਹ ਸਿਆਸੀ ਸਟੰਟ ਨੇ ਸਿਆਸੀ ਖੇਡਾਂ ਨੇ ਸਿਰਫ ਤੇ ਸਿਰਫ ਬਾਈ ਦਾ ਜੋ ਵਿਧਾਨ ਸਭਾ ਇਲੈਕਸ਼ਨ ਹੋ ਰਹੀ ਹੈ ਇਸ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਵਾਸਤੇ ਜਾਂ ਆਪਣੀ ਪਾਰਟੀ ਨੂੰ ਜਿਤਾਉਣ ਵਾਸਤੇ ਜਾਂ ਮੁੜ ਸੱਤਾ ਹਟਾਉਣ ਵਾਸਤੇ ਇਸ ਇਦਾਂ ਦੇ ਦਾਪੇਚ ਖੇਡੇ ਜਾ ਰਹੇ ਕਿਉਂਕਿ ਸਰਕਾਰ ਨੂੰ ਭਲੀ ਭਾਂਤ ਪਤਾ ਹੈ ਕਿ ਬਾਈ ਦੇ ਵਿੱਚ ਜਦੋਂ ਉਹ ਪਿੰਡਾਂ ਦਾ ਰੁਖ ਕਰਨਗੇ ਕਿਉਂਕਿ ਹਲੇ ਹੁਣੇ ਹੀ ਜਿਹੜਾ ਸਟਾਰਟਿੰਗ ਹਜੇ ਹੋਈ ਆ ਇਸ ਜੋ ਇਲੈਕਸ਼ਨ ਦੇ ਵਿੱਚ ਕੈਂਪੇਨਿੰਗ ਦੀ ਜਿਹੜੀ ਥੋੜੀ ਸਟਾਰਟਿੰਗ ਸ਼ੁਰੂ ਹੋਈ ਆ ਮਾਮਲਾ ਥੋੜਾ ਮਸਲਾ ਥੋੜਾ ਜਿਹਾ ਭਖਿਆ ਹੁਣੇ ਹੀ ਲੋਕਾਂ ਵੱਲੋਂ ਜਿਹੜਾ ਐਮ ਐਲ ਏਜ਼ ਨੂੰ ਐਮ ਪੀਜ਼ ਨੂੰ ਪਿੰਡਾਂ ਦੇ ਵਿੱਚ ਘੇਰ ਕੇ ਸਵਾਲ ਪੁੱਛੇ ਜਾ ਰਹੇ ਨੇ ਤੇ ਜਦੋਂ ਪੂਰਾ ਚੋਣ ਜਾਬਤਾ ਲੱਗਿਆ ਹੋਇਆ ਤਾਂ ਮੈਨੂੰ ਲੱਗਦਾ ਕਿ ਲੋਕ ਵੱਡੇ ਪੱਧਰ ਤੇ ਸਿੱਧੇ ਹੋ ਕੇ ਇਹਨਾਂ ਲੀਡਰਾਂ ਨੂੰ ਸਵਾਲ ਪੁੱਛਣਗੇ ਕਿ ਤੁਸੀਂ ਪੰਜਾਬ ਵਾਸਤੇ ਕੀਤਾ ਕੀ ਆ ਪਾਰਟੀ ਚਾਹੇ ਕੋਈ ਵੀ ਹੋਵੇ ਚਾਹੇ ਉਹ ਕਾਲੀ ਦਾਲਾ ਚਾਹੇ ਉਹ ਆਮ ਆਦਮੀ ਪਾਰਟੀ ਹੈ ਚਾਹੇ ਉਹ ਕਾਂਗਰਸ ਪਾਰਟੀ ਹੈ ਸੋ ਇਹਨਾਂ ਤਿੰਨਾਂ ਪਾਰਟੀਆਂ ਨੂੰ ਜੋ ਵੱਡੀਆਂ ਪਾਰਟੀਆਂ ਨੇ ਤੇ ਇਹਨਾਂ ਸਵਾਲਾਂ ਤੋਂ ਬਚਣ ਦੀ ਖਾਤਰ ਮੈਨੂੰ ਲੱਗਦਾ ਇਸ ਤਰੀਕੇ ਦੀਆਂ ਜਿਹੜੀਆਂ ਕਾਰਵਾਈਆਂ ਉਹ ਕੀਤੀਆਂ ਜਾ ਰਹੀਆਂ ਨੇ ਸੋ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸਰਕਾਰ ਵੱਲੋਂ ਕਰਜ਼ਾ ਮਾਫ਼ ਕਰਨ ਲਈ ਖੁਦ ਕਰਜ਼ਾ ਚੁੱਕਿਆ ਹੋਇਆ ਸੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪੰਜਾਬ ਦੇ ਜੋ ਹਾਲਾਤ ਨੇ ਜੋ ਪੰਜਾਬ ਸਰਕਾਰ ਦੇ ਜੋ ਵਿੱਤੀ ਹਾਲਾਤ ਨੇ ਉਹ ਕੋਈ ਬਹੁਤੇ ਚੰਗੇ ਨਹੀਂ ਹੈ ਤੇ ਇਹਨਾਂ ਹਾਲਾਤਾਂ ਦੇ ਵਿੱਚ ਲਗਾਤਾਰ ਲੋਕਾਂ ਤੋਂ ਟੈਕਸ ਦੀ ਜਿਹੜੀ ਅਮਾਊਂਟ ਆ ਉਹ ਕਿਸੇ ਨਾ ਕਿਸੇ ਤਰੀਕੇ ਦੇ ਰੂਪ ਦੇ ਵਿੱਚ ਸਬਸਿਡੀ ਦੇ ਰੂਪ ਦੇ ਵਿੱਚ ਦਿੱਤੀ ਜਾ ਰਹੀ ਆ ਪਰ ਜਿਹੜੇ ਵਿਭਾਗ ਤੋਂ ਸਬਸਿਡੀ ਲਈ ਜਾਂਦੀ ਆ ਉਸ ਵਿਭਾਗ ਨੂੰ ਪੰਜਾਬ ਸਰਕਾਰ ਖੁਦ ਜਿਹੜਾ ਪੈਸਾ ਪੇ ਕਰ ਰਹੀ ਆ ਮੈਂ ਨਿੱਜੀ ਤੌਰ ਤੇ ਇਹ ਸਮਝਦਾ ਕਿ ਸਰਕਾਰ ਆਮ ਲੋਕਾਂ ਨੂੰ ਜਿਹੜਾ ਕਮਾਈ ਦੇਵੇ ਉਹਨਾਂ ਨੂੰ ਰੋਜ਼ਗਾਰ ਦੇਵੇ ਤਾਂ ਜੋ ਉਹ ਇਸ ਪੱਧਰ ਤੱਕ ਮਜ਼ਬੂਤ ਹੋਣ ਆਰਥਿਕ ਤੌਰ ਤੇ ਕਿ ਉਹ ਹਰ ਇੱਕ ਤਰ੍ਹਾਂ ਦਾ ਬਿੱਲ ਭਰ ਸਕਣ ਹਰ ਤਰ੍ਹਾਂ ਹਰ ਇੱਕ ਤਰ੍ਹਾਂ ਦਾ ਟੈਕਸ ਆ ਜਿਹੜਾ ਉਹ ਦੇ ਸਕਣ ਇਹ ਖੈਰਾਤਾ ਨਾ ਮੰਡਣ ਸਰਕਾਰ ਆਮ ਲੋਕਾਂ ਨੂੰ ਪਿਖ ਮੰਗੇ ਨਾ ਬਣਾਵੇ ਭਿਖਾਰੀ ਨਾ ਬਣਾਵੇ ਉਹਨਾਂ ਨੂੰ ਰੋਜ਼ਗਾਰ ਦੇਵੇ ਉਹਨਾਂ ਨੂੰ ਕੰਮ ਦੇਵੇ ਤਾਂ ਜੋ ਆਮ ਲੋਕ ਆਰਥਿਕ ਤੌਰ ਤੇ ਮਜ਼ਬੂਤ ਹੋ ਕੇ ਇਹਨਾਂ ਦਾ ਟੈਕਸ ਭਰ ਸਕਣ ਸਰਕਾਰ ਦੇ ਵਿੱਚ ਆਪਣੀ ਹਿੱਸੇਦਾਰੀ ਪਾ ਸਕਣ ਸੋ ਇਸ ਇਸ ਤਰ੍ਹਾਂ ਦੀਆਂ ਜਿਹੜੀਆਂ ਨੀਤੀਆਂ ਵਰਤੀਆਂ ਜਾ ਰਹੀਆਂ ਕਿ ਕਰਜ਼ੇ ਮਾਫੀ ਕੀਤੀ ਜਾਊਗੀ ਸਬਸਿਡੀਆਂ ਦਿੱਤੀਆਂ ਜਾਣਗੀਆਂ ਜਾਂ ਆਪਾਂ ਬਿਜਲੀ ਮਾਫ ਕੀਤੀ ਜਾਊਗੀ ਇਹ ਸਾਰੇ ਇੱਕ ਚੋਣ ਸਟੰਟ ਨੇ ਤੇ ਪੰਜਾਬ ਦੀ ਆਰਥਿਕਤਾ ਵਾਸਤੇ ਬਹੁਤ ਮਾੜੀਆਂ ਚੀਜ਼ਾਂ ਨੇ ਪੰਜਾਬ ਦੇ ਹਲਤਾਂ ਵਾਸਤੇ ਜੋ ਆਉਣ ਵਾਲਾ ਸਮਾਂ ਉਦੇ ਵਾਸਤੇ ਬਹੁਤ ਮਾੜੀਆਂ ਚੀਜ਼ਾਂ ਨੇ ਹੋ ਸਕਦਾ ਹੈ ਕਿ ਸਾਡੀ ਗੱਲ ਨਾਲ ਜਾਂ ਮੇਰੇ ਜੋ ਨਿੱਜੀ ਵਿਚਾਰ ਨੇ ਇਹ ਇਨ੍ਹਾਂ ਨਾਲ ਕਿਸੇ ਕਈ ਲੋਕਾਂ ਨੂੰ ਇਹ ਵੀ ਲੱਗੇ ਕਿ ਸਬਸਿਡੀ ਤਾਂ ਮਿਲਣੀ ਚਾਹੀਦੀ ਹੈ ਪਰ ਦੋਸਤੋ ਸਾਨੂੰ ਸਰਕਾਰਾਂ ਤੋਂ ਰੋਜ਼ਗਾਰ ਲੈਣਾ ਚਾਹੀਦਾ ਸਾਨੂੰ ਸਰਕਾਰਾਂ ਤੋਂ ਕੰਮ ਮੰਗਣਾ ਚਾਹੀਦਾ ਹੈ ਆਰਥਿਕ ਤੌਰ ਤੇ ਅਸੀਂ ਫੇਰ ਹੀ ਮਜ਼ਬੂਤ ਹੋ ਸਕਦੇ ਹਾਂ ਸਬਸਿਡੀਆਂ ਨਾਲ ਜਾਂ ਇਹਨਾਂ ਮੁਫਤ ਬਿਜਲੀ ਨਾਲ ਸਾਡੇ ਘਰ ਬਹੁਤਾ ਚਰਪਾਲ ਨਹੀਂ ਸਕਦੇ ਜੀ 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 ਬਰਾੜ ਜੀ ਅੱਜ ਤੋਂ 4 ਸਾਲ ਪਹਿਲਾਂ ਐਸੀ ਸਰਕਾਰ ਨੇ ਕਿਹਾ ਸੀ ਕਿ ਹਰ ਇੱਕ ਘਰ ਦੇ ਵਿੱਚ ਇੱਕ ਰੋਜ਼ਗਾਰ ਨੌਕਰੀ ਦਿੱਤੀ ਜਾਵੇਗੀ ਤੇ ਸਮਾਰਟਫੋਨ ਦਿੱਤੇ ਜਾਣਗੇ ਸੋ ਲਾਰੇ ਸ਼ੁਰੂ ਤੋਂ ਹੀ ਪੰਜਾਬੀਆਂ ਦੇ ਪੱਲੇ ਨੇ ਖਾਸ ਕਰਕੇ ਅਸੀਂ इमोशनल ਹੋ ਜਾਂਦੇ ਆ ਕਿ ਅਜਿਹੀਆਂ ਸਰਕਾਰਾਂ ਆਉਣ ਲੱਗੀਆਂ ਬਾਕੀ ਜੇ ਗੱਲ ਕਰਦੀਆਂ ਨੇ ਜਿਵੇਂ ਨਰਿੰਦਰ ਪ੍ਰਧਾਨ ਮੰਤਰੀ ਸਾਡੇ ਨਰਿੰਦਰ ਮੋਦੀ ਹੈਗੇ ਨੇ ਉਹਨਾਂ ਨੇ ਗੱਲ ਕੀਤੀ ਸੀ ਕਿ ਤੁਹਾਡੇ ਅਕਾਊਂਟ ਦੇ ਵਿੱਚ 15-15 ਲੱਖ ਰੁਪਏ ਜਿਹੜੇ ਹੈਗੇ ਨੇ ਆ ਜਾਣਗੇ ਸੋ ਇਹ ਲਾਰੇ ਹੀ ਰਹਿ ਗਏ ਆ ਜਦੋਂ ਵੀ ਕਦੇ ਚੋਣਾਂ ਦੀ ਗੱਲ ਹੁੰਦੀ ਆ ਵੋਟਾ ਵਟੋਰਨ ਲਈ ਰਾਜਨੀਤਿਕਕਾਰ ਜਿਹੜੇ ਵੱਡੇ ਵੱਡੇ ਲਾਰੇ ਲਾਉਂਦੇ ਨੇ ਹੌਣ 590 ਕਰੋੜ ਰੁਪਏ ਦਾ ਇਹਨਾਂ ਨੇ ਕਰਜ਼ ਦੀ ਗੱਲ ਕੀਤੀ ਹੈ ਜਿਹੜੇ ਖੇਤੀ ਮਜ਼ਦੂਰ ਨੇ ਤੇ ਬੇਜ਼ਮੀਨੇ ਨੇ ਉਹਨਾਂ ਨੂੰ ਦੇਣ ਲਈ ਵਾਅਦੇ ਆ ਜੇ ਅਗਲੀ ਖਬਰ ਵੱਲ ਪੁਲਿਸ ਪ੍ਰਸ਼ਾਸਨ ਪੰਜਾਬ ਸਰਕਾਰ ਦੇ ਉੱਤੇ ਸਵਾਲ ਚੱਕ ਦੀ ਖਬਰ ਹੈ ਜੀ ਬੜੀ ਮੰਦ ਭਾਗੀ ਘਟਨਾ ਹੈ ਰਾਜਪੁਰਾ ਦੀ ਘਟਨਾ ਹੈ ਬਰਾੜ ਜੀ ਇੱਕ ਟਰੱਕ ਡਰਾਈਵਰ ਜਾ ਰਿਹਾ ਸੀ ਰਾਤ ਨੂੰ ਤਾਂ ਪੂਰਾ ਟਰੱਕ ਉਹਦਾ ਸਮਾਨ ਨਾਲ ਭਰਿਆ ਹੋਇਆ ਸੀ ਸਤਸੰਗ ਭਵਨ ਦੇ ਨੇੜੇ ਥੋੜੀ ਦੂਰ ਤੇ ਅੱਗੇ ਪੈਟਰੋਲ ਪੰਪ ਬਣ ਰਿਹਾ ਜਿੱਥੇ ਨਵਾਂ ਤੇ ਉੱਥੇ ਤਾਰਾਂ ਦਾ ਜਿਹੜਾ ਮੰਜ਼ਾਰ ਲੱਗਿਆ ਪਿਆ ਕਾਫੀ ਸਮੇਂ ਤੋਂ ਲੋਕਾਂ ਦੇ ਧਿਆਨ ਦੇ ਵਿੱਚ ਕਿਤੇ ਨਾ ਕਿਤੇ ਘਟਨਾ ਵਾਪਰਨ ਦਾ ਜਿਹੜਾ ਖਦਸ਼ਾ ਬਣਿਆ ਹੋਇਆ ਸੀ ਸੋ ਜਿਹੜੀ ਸਰਕਾਰ ਆ ਸ਼ਾਇਦ ਇਹਨਾਂ ਚੀਜ਼ਾਂ ਨੂੰ ਹੀ ਦੇਖਦੀ ਆ ਪੁਲਿਸ ਪ੍ਰਸ਼ਾਸਨ ਇਹਨਾਂ ਚੀਜ਼ਾਂ ਵੱਲ ਹੀ ਧਿਆਨ ਦਿੰਦਾ ਕਿ ਜਦੋਂ ਕੋਈ ਘਟਨਾ ਹੋਈ ਉਦੋਂ ਦੇਖਾਂਗੇ ਬਿਲਕੁਲ ਘਟਨਾ ਹੋਈ ਜੀ ਟਰੱਕ ਡਰਾਈਵਰ ਆਪਣੇ ਭਰਾ ਦੀ ਇੱਕ ਦੀ ਮੌਤ ਹੋ ਗਈ ਕਰੰਟ ਲੱਗਣ ਕਰਕੇ ਕਿਉਂਕਿ ਜਦੋਂ ਉਹਨੇ ਟਰੱਕ ਕ੍ਰਾਸ ਕੀਤਾ ਉਹ ਸਾਰੀਆਂ ਤਾਰਾਂ ਉਹਦੇ ਟਰੱਕ ਨਾਲ ਨਾਲ ਟਕਰਾ ਦੇ ਉਸ ਇਨਸਾਨ ਦੀ ਮੌਕੇ ਤੇ ਮੌਤ ਹੋ ਗਈ ਦੂਜਾ ਨਾਲ ਬੈਠਾ ਸੀ ਪਰ ਉਹਨੇ ਛਾਲ ਮਾਰ ਕੇ ਆਪਣੀ ਜਾਨ ਬਚਾ ਲਈ ਜੀ ਦੇਖੋ ਹਰਜਿੰਦਰ ਜੇ ਆਪਾਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਗੱਲ ਕਰੀਏ ਤਾਂ ਇਹ ਘਟਨਾਵਾਂ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਲਗਾਤਾਰ ਵਾਪਰ ਰਹੀਆਂ ਹਨ ਇਹਨਾਂ ਘਟਨਾਵਾਂ ਤੋਂ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਜਿਹੜੇ ਜ਼ਿੰਮੇਵਾਰ ਅਧਿਕਾਰੀ ਨੇ ਕਿਉਂਕਿ ਜੇ ਆਪਾਂ ਇਹਦੀ ਗੱਲ ਕਰੀਏ ਜੋ ਤਾਰਾਂ ਨੂੰ ਸੰਭਣ ਦੀ ਜਾਂ ਬਿਜਲੀ ਦੇ ਜੋ ਜੋ ਲੂਜ਼ ਵਾਇਰਜ਼ ਨੇ ਉਹਨਾਂ ਨੂੰ ਕਸਣ ਦੀ ਜ਼ਿੰਮੇਵਾਰੀ ਪੀਐਸਪੀਸੀਐਲ ਦੀ ਬਣਦੀ ਹੈ ਸੋ ਪ੍ਰਸ਼ਾਸਨ ਮੈਨੂੰ ਲੱਗਦਾ ਕਿ ਇਦਾਂ ਦੀ ਬਹੁਤ ਸਾਰੀਆਂ ਇੱਕ ਨਹੀਂ ਹਰ ਰੋਜ਼ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਤੇ ਇਸ ਤਰ੍ਹਾਂ ਦੀ ਕੋਈ ਜਿਹੜੀ ਜ਼ਿੰਮੇਵਾਰੀ ਹੈ ਉਹ ਨਹੀਂ ਲਈ ਜਾਂਦੀ ਤੇ ਕਾਰਵਾਈ ਦੇ ਨਾਂ ਦੇ ਉੱਪਰ ਸਿਰਫ ਅਧਿਕਾਰੀਆਂ ਨੂੰ ਸਸਪੈਂਡ ਕਰਕੇ ਜਾਂ ਉਹਨਾਂ ਦੇ ਉੱਪਰ ਜਿਹੜੀ ਖਾਨਾ ਪੂਰਤੀ ਹੈ ਉਹ ਕੀਤੀ ਜਾਂਦੀ ਹੈ ਪਰ ਜਿਸ ਪਰਿਵਾਰ ਦਾ ਜੀ ਇਸ ਦੁਨੀਆ ਤੋਂ ਚਲਾ ਜਾਂਦਾ ਜਿਸ ਪਰਿਵਾਰ ਦੇ ਵਿੱਚੋਂ ਉਹਨਾਂ ਦਾ ਇੱਕੋ ਇੱਕ ਕਮਾਉਣ ਵਾਲਾ ਜਿਹੜਾ ਉਹ ਖਤਮ ਹੋ ਜਾਂਦਾ ਉਸ ਪਰਿਵਾਰ ਦੇ ਹਾਲਾਤ ਪੁੱਛਣ ਵਾਲਾ ਵੀ ਪਿੱਛੇ ਕੋਈ ਨਹੀਂ ਰਹਿੰਦਾ ਸਰਕਾਰੀ ਦਰਬਾਰੇ ਉਹਨਾਂ ਦੀ ਕੋਈ ਸੁਣਵਾਈ ਹੈ ਜਿਹੜੀ ਉਹ ਉਹ ਨਹੀਂ ਹੁੰਦੀ ਹੈ ਇਹ ਇੱਕ ਮੈਂ ਸਮਝਦਾ ਪੰਜਾਬ ਹੀ ਨਹੀਂ ਪੂਰੇ ਭਾਰਤ ਦੇ ਵਿੱਚ ਇਸ ਤਰ੍ਹਾਂ ਦੇ ਦ੍ਰਿਸ਼ ਆ ਜਿਹੜੇ ਆਮ ਦੇਖਣ ਨੂੰ ਮਿਲਦੇ ਆ ਆਮ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਤੇ ਜਿਸ ਕਾਰਨ ਮੈਨੂੰ ਲੱਗਦਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ-ਨਾਲ ਆਮ ਲੋਕ ਵੀ ਇਹਨਾਂ ਨੂੰ ਇਹਨਾਂ ਘਟਨਾਵਾਂ ਨੂੰ ਸਹਿਜੇ ਹੀ ਲੈਂਦੇ ਆ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇੱਕ ਹਾਦਸਾ ਵਾਪਰਿਆ ਹਾਦਸੇ ਵਿੱਚ ਕਿਸੇ ਦੀ ਜਾਨ ਚਲੀ ਗਈ ਉਹਦੇ ਨਾਲ ਆਮ ਲੋਕਾਂ ਨੂੰ ਕੋਈ ਬਹੁਤਾ ਮੈਨੂੰ ਲੱਗਦਾ ਕੋਈ ਫਰਕ ਨਹੀਂ ਪੈਂਦਾ ਜੇ ਫਰਕ ਪੈਂਦਾ ਤਾਂ ਉਹਦੇ ਪਰਿਵਾਰ ਨੂੰ ਪੈਂਦਾ ਪਰ ਜ਼ਿੰਮੇਵਾਰੀ ਜ਼ਿੰਮੇਵਾਰੀ ਕੌਣ ਲਵੇਗਾ ਜੀ ਇਹਨਾਂ ਘਟਨਾਵਾਂ ਦੀ ਜ਼ਿੰਮੇਵਾਰੀ ਕੌਣ ਲਵੇਗਾ ਕਿਉਂਕਿ ਅੱਜ ਜ਼ਿੰਮੇਵਾਰੀ ਦੀ ਆਪਾਂ ਗੱਲ ਕਰਦੇ ਆ ਜ਼ਿੰਮੇਵਾਰੀ ਤਾਂ ਬਿਲਕੁਲ ਸਬੰਧਤ ਵਿਭਾਗ ਦੀ ਬਣਦੀ ਆ ਸਬੰਧਤ ਅਧਿਕਾਰੀਆਂ ਦੀ ਬਣਦੀ ਆ ਉਹਨਾਂ ਅਧਿਕਾਰੀਆਂ ਤੋਂ ਇਸ ਸੰਬੰਧੀ ਸਵਾਲ ਪੁੱਛੇ ਜਾਣੇ ਚਾਹੀਦੇ ਆ ਕਿ ਉਹਨਾਂ ਨੇ ਆਖਰ ਵਾਰ-ਵਾਰ ਕੰਪਲੀਟ ਹੋਣ ਤੇ ਇਦਾਂ ਦੀ ਚੀਜ਼ ਨੂੰ ਹੱਲ ਕਿਉਂ ਨਹੀਂ ਕੀਤਾ ਪਰ ਕਿਤੇ ਨਾ ਕਿਤੇ ਸਾਡੇ ਲੋਕ ਵੀ ਇਸ ਚੀਜ਼ ਦੇ ਜ਼ਿੰਮੇਵਾਰ ਨਹੀਂ ਮੈਂ ਪਿੱਛੇ ਜੇ ਤੁਹਾਨੂੰ ਦੱਸਣਾ ਚਾਹੂੰਗਾ ਆ ਮਾਨਸਾ ਦੇ ਵਿੱਚ ਇੱਕ ਘਟਨਾ ਵਾਪਰੀਆ ਪੈਟਰੋਲ ਪੰਪ ਦੇ ਉੱਪਰ ਸੀਐਨਜੀ ਦਾ ਸਿਲੰਡਰ ਫਟਿਆ ਉੱਥੇ ਇੱਕ ਜਿਹੜਾ ਪੈਟਰੋਲ ਪੰਪ ਦਾ ਇੱਕ ਕਾਮਾ ਸੀ ਉਸ ਕਾਮੇ ਦੀ ਜਿਹੜੀ ਮੌਤ ਹੋ ਜਾਂਦੀ ਹੈ ਤੇ ਹੋਰ ਵੀ ਜਿਹੜੇ ਕਈ ਜ਼ਖਮੀ ਆ ਜਿਹੜੇ ਦੱਸੇ ਜਾ ਰਹੇ ਉੱਥੇ ਹੋਏ ਆ ਉਹਦੇ ਵਿੱਚ ਜਿਹੜੀ ਗੱਲ ਅੰਦਰੋਂ ਨਿਕਲ ਕੇ ਸਾਹਮਣੇ ਆਈ ਹੈ ਕਿ ਪੰਜਾਬ ਦੇ ਲੋਕ ਪੈਟਰੋਲ ਦੀਆਂ ਕੀਮਤਾਂ ਵਧਣ ਕਾਰਨ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਪੈਟਰੋਲ ਡੀਜ਼ਲ ਦੀ ਕੀਮਤਾਂ ਲਗਾਤਾਰ ਵਧ ਰਹੀਆਂ ਬਹੁਤ ਭਾਰੀ ਮਾਤਰਾ ਦੇ ਵਿੱਚ ਜਿਹੜਾ ਵਾਅਦਾ ਪੈਟਰੋਲ ਤੇ ਡੀਜ਼ਲ ਦੇ ਵਿੱਚ ਹੋਇਆ ਜਿਸ ਕਾਰਨ ਲੋਕਾਂ ਨੇ ਇੱਕ ਇੱਕ ਸਸਤਾ ਰਾਹ ਲੱਭਣ ਲਈ ਸੀਐਨਜੀ ਦੀ ਵਰਤੋਂ ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਜਿਹੜੀ ਸ਼ੁਰੂ ਹੋਈ ਹੈ ਤੇ ਉਸ ਸੀਐਨਜੀ ਦੀ ਜਿਹੜੀ ਲਗਾਉਣ ਦੀ ਕੀਮਤ ਆ ਉਹ ਕਾਫੀ ਵੱਡੀ ਦੱਸੀ ਜਾ ਰਹੀ ਕਿ ਵੱਡੀ ਕੀਮਤ ਦੇ ਕੇ ਫਿਰ ਸੀਐਨਜੀ ਦੀ ਨਵੀਂ ਕਿੱਟ ਆ ਜਿਹੜੀ ਉਹ ਲਗਾਈ ਜਾਂਦੀ ਹੈ ਜਿਹਦੇ ਵਿੱਚ ਹਰ ਇੱਕ ਚੀਜ਼ ਫਰੈਸ਼ ਜਿਹੜੀ ਵਰਤੀ ਜਾਂਦੀ ਹੈ ਪਰ ਹੋ ਸਕਦਾ ਕਿ ਉਹ ਜਿਹੜਾ ਤਮਾਕਾ ਹੈ ਉਹਦੇ ਵਿੱਚ ਜਿਹੜੀ ਸੀਐਨਜੀ ਦੀ ਜਿਹੜੀ ਕਿੱਟ ਆ ਉਹ ਉਹ ਪੁਰਾਣੀ ਵਰਤੀ ਗਈ ਹੋਵੇ ਕਿਉਂਕਿ ਕਬਾੜ ਦੇ ਵਿੱਚ ਇਸ ਤਰ੍ਹਾਂ ਦੀਆਂ ਕਿੱਟਸ ਆ ਜਿਹੜੀਆਂ ਉਹ ਆਮ ਪੰਜਾਬ ਦੇ ਵਿੱਚ ਮਿਲ ਜਾਂਦੀਆਂ ਬਿਨਾ ਉਹਨੂੰ ਅਪਰੂਵ ਕਰਾਏ ਆਮ ਲੋਕ ਆ ਉਹਨਾਂ ਸੀਐਨਜੀ ਦੇ ਉੱਪਰ ਗੱਡੀਆਂ ਚਲਾ ਰਹੇ ਨੇ ਤੇ ਇਸੇ ਤਰ੍ਹਾਂ ਦੀ ਇੱਕ ਹਾਦਸਾ ਹੈ ਵਾਪਰਿਆ ਇਹ ਇਸ ਇਸ ਸੰਬੰਧ ਵਿੱਚ ਇਹ ਵੀ ਹੈ ਕਿ ਜਿੱਥੋਂ ਤੱਕ ਅਸੀਂ ਅਧਿਕਾਰੀਆਂ ਨੂੰ ਜ਼ਿੰਮੇਵਾਰ ਕਹਿੰਨੇ ਆ ਜਿੱਥੋਂ ਤੱਕ ਅਸੀਂ ਸਰਕਾਰ ਨੂੰ ਜ਼ਿੰਮੇਵਾਰ ਕਹਿੰਨੇ ਆ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਕਹਿੰਨੇ ਆ ਤੇ ਕਈ ਵਾਰੀ ਅਸੀਂ ਆਪਣੇ ਲਾਲਚ ਦੇ ਵਸ ਵਿੱਚ ਆ ਕੇ ਜੇ ਆਪਾਂ ਕਹਿ ਲਓ ਵੀ ਕੁਝ ਪੈਸੇ ਬਚਾਉਣ ਦੇ ਚੱਕਰ ਦੇ ਵਿੱਚ ਆਪਣੀ ਜਾਨ ਦਾ ਖੌਜ ਜਿਹੜਾ ਆਪ ਬਣਾ ਲੈਨੇ ਆ ਇਸ ਤਰ੍ਹਾਂ ਦੀਆਂ ਪ੍ਰਾਣੀਆਂ ਚੀਜ਼ਾਂ ਵਰਤ ਕੇ ਜਿਹੜੀਆਂ ਕੀ ਜਿਹੜੀਆਂ ਡਿਸਪੋਜ਼ ਆਫ ਹੋਣੀਆਂ ਚਾਹੀਦੀਆਂ ਉਹਨਾਂ ਨੂੰ ਦੁਬਾਰਾ ਵਰਤੋਂ ਕਰਕੇ ਇਸ ਤਰ੍ਹਾਂ ਦੇ ਹਾਦਸੇ ਆ ਜਿਹੜੇ ਉਹਨਾਂ ਨੂੰ ਅੰਜਾਮ ਦਿੱਤਾ ਜਾਂਦਾ ਤੇ ਉਹਦੇ ਵਿੱਚ ਪਤਾ ਨਹੀਂ ਕਿਹੜੇ ਗਰੀਬ ਪਰਿਵਾਰ ਦੀ ਜਿਹੜਾ ਕਿ ਆਪਣੀ ਪਰਿਵਾਰ ਦਾ ਇੱਕੋ ਇੱਕ ਕਮਾਉਣ ਵਾਲਾ ਹੋਵੇ ਉਹਦੀ ਜਿਹੜੀ ਮੌਤ ਹੈ ਉਹ ਉਹ ਹੋ ਸਕਦੀ ਹੈ ਸੋ ਇਹ ਆਮ ਲੋਕਾਂ ਨੂੰ ਵੀ ਸਮਝਣਾ ਪੈਣਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਇਹਦੀ ਜਿਹੜੀ ਜ਼ਿੰਮੇਵਾਰੀ ਆ ਉਹ ਲੈਣੀ ਪੈਣੀ ਜੀ ਜੀ ਬਿਲਕੁਲ ਬ੍ਰਾਜ ਜੀ ਥੋੜੀ ਜੀ ਗੱਲਬਾਤ ਆਪਾਂ ਕੋਵਿਡ ਕੇਸਸ ਬਾਰੇ ਕਰ ਲੈਣੇ ਆ ਜੋ ਜੋ ਆਸਟ੍ਰੇਲੀਆ ਦੇ ਹਾਲਾਤ ਨੇ ਜਾਂ ਪੰਜਾਬ ਇੰਡੀਆ ਦੇ ਹਾਲਾਤ ਨੇ ਉਹਨਾਂ ਬਾਰੇ ਚਾਤ ਮਾਰ ਲੈਣੇ ਮੈਂ ਤੁਹਾਨੂੰ ਦੱਸ ਦਿਆਂ ਕਿ ਆਸਟ੍ਰੇਲੀਆ ਦੇ ਵਿੱਚ ਖਾਸ ਕਰਕੇ ਕੁਇਨਜ਼ਲੈਂਡ ਸੂਬੇ ਜਿੱਥੇ ਅਸੀਂ ਰਹਿ ਰਹੇ ਆ ਪ੍ਰੀਮੀਅਰ ਅਨਾਸਟਾਸ਼ੀਆ ਜਿਹੜੇ ਸਾਡੇ ਹੈਗੇ ਨੇ ਉਹਨਾਂ ਨੇ 23 ਜੁਲਾਈ ਤੱਕ ਸਾਡੀਆਂ ਰੈਸਟ੍ਰਿਕਸ਼ਨਸ ਵਧਾ ਦਿੱਤੀਆਂ ਉਹਨਾਂ ਨੇ ਕਿਹਾ ਕਿ 마ਸਕ ਜਿਹੜੇ ਹੈਗੇ ਆ ਜ਼ਰੂਰੀਆਂ ਜਦੋਂ ਤੁਸੀਂ ਘਰ ਤੋਂ ਬਾਹਰ ਜਾਣਾ ਹੈ ਇੰਡੋਰ ਚ ਜਾਣਾ ਤਾਂ ਤੁਸੀਂ 마ਸਕ ਤੁਹਾਨੂੰ ਪਹਿਨਣੇ ਬਹੁਤ ਹੀ ਜ਼ਰੂਰੀ ਨੇ ਜੇਕਰ ਗੱਲ ਕੀਤੀ ਜਾਵੇ ਨਿਊ ਸਾਊਥ ਵੈਲਜ਼ ਦੀ ਤਾਂ ਕੇਸਸ ਉੱਥੇ ਅਜੇ ਵੀ ਘਟ ਨਹੀਂ ਰਹੇ ਹੈਗੇ ਉੱਥੇ ਪਹਿਲੇ ਹੀ ਲੋਕਡਾਊਨ ਜਿਹੜਾ ਹੈਗਾ ਰੈਸਟ੍ਰਿਕਸ਼ਨਸ ਦੇ ਨਾਲ ਕੀਤਾ ਹੋਇਆ ਤੇ ਐਵੇਂ ਵਿਕਟੋਰੀਆ ਦੇ ਵਿੱਚ ਵੀ ਕੋਈ ਨਾ ਕੋਈ ਕਮਿਊਨਿਟੀ ਕੇਸ ਆਉਂਦੇ ਰਹਿੰਦੇ ਨੇ ਇਸ ਕਰਕੇ ਉੱਥੇ ਵੀ ਜਿਹੜੀ ਰੈਸਟ੍ਰਿਕਸ਼ਨਸ ਲਗਾਈਆਂ ਗਈਆਂ ਨੇ ਸਾਡੇ ਅੱਜ ਜਿਹੜੀ ਸਮੀਖਿਆ ਕਰਨੀ ਸੀਗੀ ਰੈਸਟ੍ਰਿਕਸ਼ਨਸ ਈਜ਼ੀ ਕਰਨ ਦੀ ਪਰ ਸੋ ਇਹ ਬਿਆਨ ਦਿੰਦਾ ਹੈ ਕਿ ਕਮਿਊਨਿਟੀ ਕੇਸ ਔਨ ਕਰਕੇ ਇਹ ਜਿਹੜੀਆਂ ਰੈਸਟ੍ਰਿਕਸ਼ਨਸ ਹੈਗੀਆਂ ਨੇ 23 ਜੁਲਾਈ ਤੱਕ ਜਾਰੀ ਰਹਿਣਗੀਆਂ ਪਰ ਕੁੱਲ ਮਿਲਾ ਕੇ ਆਸਟ੍ਰੇਲੀਆ ਅਜੇ ਵੀ ਗ੍ਰੀਨ ਜ਼ੋਨ ਦੇ ਵਿੱਚ ਹੈ ਸੋ ਅਜੇ ਇਹ ਇੰਨੇ ਕੇਸ ਨਹੀਂ ਆਏ ਆ ਕਿ ਹਫੜਾ ਦਫੜੀ ਮੱਚੀ ਹੋਈ ਹੈ ਨਾ ਹੀ ਇੰਨੀਆਂ ਮੌਤਾਂ ਹੋਈਆਂ ਨੇ ਕਿ ਜਿਹੜਾ ਆਸਟ੍ਰੇਲੀਆ ਨੂੰ ਉਹਨਾਂ ਦੇਸ਼ਾਂ ਦੇ ਵਿੱਚ ਗਿਣਿਆ ਜਾਵੇ ਜਿਹੜੇ ਪਹਿਲੇ ਮੋਰੀ ਨੰਬਰਾਂ ਦੇ ਵਿੱਚ ਆਉਂਦੇ ਆ ਸੋ ਭਾਰਤ ਦਾ ਹਾਲ ਦੱਸੋ ਜੀ ਆ ਦੇਖੋ ਜੀ ਦੇਖੋ ਜਿਸ ਆਪਾਂ ਇਸ ਸਮੇਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਜੋ ਹਾਲਾਤ ਨੇ ਭਾਰਤ ਦੇ ਹਾਲਾਤ ਨੇ ਉਹ ਇੱਕ ਵਾਰ ਸਥਿਰ ਨਜ਼ਰ ਆ ਰਹੇ ਆ ਲਗਾਤਾਰ ਜਿਹੜੀ ਹੈ ਕੇਸਾਂ ਦੇ ਵਿੱਚ ਕੋਈ ਇੱਕਾ ਦੁੱਕਾ ਕੇਸਸ ਤੋਂ ਇਲਾਵਾ ਜ਼ਿਆਦਾ ਕੇਸਸ ਦੀ ਗਿਣਤੀ ਦੇ ਵਿੱਚ ਵਾਧਾ ਨਹੀਂ ਹੋ ਰਿਹਾ ਜਿਸ ਤਰੀਕੇ ਦੀਆਂ ਖਬਰਾਂ ਲਗਾਤਾਰ ਮੀਡੀਆ ਰਾਹੀਂ ਮਿਲ ਰਹੀਆਂ ਨੇ ਸੋ ਇਸੇ ਹੀ ਜੇ ਆਪਾਂ ਅਗਲੇ ਦੂਜੇ ਪੱਖ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਜਿਹੜੇ ਜਿਹੜੇ ਬੁੱਧੀਜੀਵੀ ਨੇ ਜਾਂ ਆਪਾਂ ਜੇ ਕਰੀਏ ਡਾਕਟਰਸ ਨੇ ਜਾਂ ਜਿਹੜੇ ਕੋਵਿਡ ਨਾਲ ਦੇ ਮਾਹਿਰ ਨੇ ਉਹਨਾਂ ਵੱਲੋਂ ਇਹ ਖਦ사 ਜਰੂਰ ਪ੍ਰਗਟਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇੱਕ ਤੀਜੀ ਵੇਵ ਹੈ ਉਹ ਜਲਦੀ ਹੀ ਦਸਤਕ ਦੇਣ ਵਾਲੀ ਹੈ ਤੇ ਉਹਦਾ ਬੜੇ ਵੱਡੇ ਪੱਧਰ ਤੇ ਜਿਹੜਾ ਉਸ ਸੰਬੰਧੀ ਤਿਆਰੀਆਂ ਵੀ ਚਾਹੇ ਉਹ ਪੰਜਾਬ ਸਰਕਾਰ ਆ ਜਾਂ ਭਾਰਤ ਸਰਕਾਰ ਆ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਉਸ ਵੇਵ ਨੂੰ ਲੈ ਕੇ ਲਗਾਤਾਰ ਜਿਹੜੀ ਤਿਆਰੀਆਂ ਉਹ ਰੰਬੀਆਂ ਜਾ ਚੁੱਕੀਆਂ ਹਸਪੀਟਲਸ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਜੋ ਆਪਾਂ ਕਹਿ ਲਈਏ ਆਕਸੀਜਨ ਦੀ ਜੋ ਪਿਛਲੇ ਦਿਨੀ ਆ ਪਿਛਲੀ ਵੇਵ ਤੇ ਜਿਹੜੀ ਬਹੁਤ ਭਾਰੀ ਕਮੀ ਆ ਜਿਹੜੀ ਦੇਖਣ ਨੂੰ ਮਿਲੀ ਹੈ ਉਹਦੀ ਪੂਰਤੀ ਲਈ ਵੱਖ-ਵੱਖ ਥਾਈਂ ਜਿਹੜੇ ਆਕਸੀਜਨ ਪਲਾਂਟ ਆ ਜਿਹੜੇ ਉਹ ਸਰਕਾਰਾਂ ਵੱਲੋਂ ਲਗਾਏ ਜਾ ਰਹੇ ਨੇ ਸੋ ਜਿਹੜਾ ਆਉਣ ਵਾਲਾ ਸਮਾਂ ਹੈ ਉਹਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਪਰ ਆਮ ਲੋਕ ਆ ਇਸ ਨੂੰ ਹਜੇ ਬਹੁਤੀ ਗੰਭੀਰਤਾ ਨਾਲ ਨਹੀਂ ਦੇਖ ਰਹੇ ਆ ਜਿਵੇਂ ਕਿ ਪਹਿਲਾਂ ਗੱਲ ਹੁੰਦੀ ਸੀ ਕਿ ਪਿੰਡਾਂ ਦੇ ਵਿੱਚ ਕਿਹਾ ਜਾਂਦਾ ਸੀ ਕਿ ਕੋਈ ਕਿਸੇ ਕਿਸਮ ਦੀ ਕੋਈ ਕੋਵਿਡ ਹੈ ਹੀ ਨਹੀਂ ਹੈ ਸਰਕਾਰ ਵੱਲੋਂ ਐਦਾਂ ਬਣਾਇਆ ਜਾ ਰਿਹਾ ਹੈ ਗਲਤ ਕਿਹਾ ਜਾ ਰਿਹਾ ਹੈ ਗਲਤ ਪ੍ਰਚਾਰ ਕੀਤਾ ਜਾ ਰਿਹਾ ਸੋ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਉਹ ਵੇਵ ਕਿਸ ਤਰ੍ਹਾਂ ਦੀ ਹੁੰਦੀ ਹੈ ਜਿਹੜੇ ਕੋਈ ਲੋਕ ਸਮਝ ਰੱਖਦੇ ਨੇ ਜਾਂ ਬੁੱਧੀਜੀਵੀ ਨੇ ਉਹ ਬਹੁਤ ਇਸ ਨੂੰ ਸੰਜੀਦਾ ਢੰਗ ਨਾਲ ਇਸ ਵੇਵ ਨੂੰ ਲੈ ਰਹੇ ਨੇ ਕਿ ਲੋਕ ਪ੍ਰਕਾਸ਼ਨ ਰੱਖਣ ਆਪਣਾ ਮਾਸਕ ਲਗਾਤਾਰ ਪਹਿਨਣ ਆਪਣੇ ਹੱਥਾਂ ਦੀ ਸਫਾਈ ਰੱਖਣ ਕਿਸੇ ਨਾਲ ਜਿਹੜੀ ਆ ਜਿਹੜੀ ਸਰੀਰਕ ਦੂਰੀ ਆ ਉਹ ਥੋੜੀ ਬਣਾ ਕੇ ਰੱਖਣ ਮੇਨਟੇਨ ਰੱਖਣ ਸੋ ਐਦਾਂ ਦੀ ਜਿਹੜੀਆਂ ਗੱਲਾਂ ਉਹ ਭਾਰਤ ਦੇ ਵਿੱਚ ਕੀਤੀਆਂ ਜਾ ਰਹੀਆਂ ਜੀ ਜੀ ਡਾਕਟਰ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ ਧੰਨਵਾਦ ਤੁਹਾਡਾ ਸ਼ੁਕਰੀਆ ਜੀ ਤੁਹਾਡੇ ਤੋਂ ਵੀ ਲੈਣਿਆ ਦਰਸ਼ਕੋ ਇਜਾਜ਼ਤ ਤੇ ਨਵੀਆਂ ਤਾਜ਼ਾ ਖਬਰਾਂ ਲਈ ਜੁੜੇ ਰਹੋ ਇੰਡੋਸ ਟੀਵੀ ਦੇ ਨਾਲ ਧੰਨਵਾਦ